ਟਿੱਬੇ ਦੀ ਗੇਟ ਨਾਲ ਬਹਿ ਕੇ ਇੱਕ ਬੀਬੀ ਦੁਆ ਮੰਗ ਰਹੀ, ਅੱਲਾ ਇਹ ਮੇਰੀ ਪਹਿਲੀ ਨਮਾਜ਼ ਹੈ ਜਿਹੜੀ ਬਗੈਰ ਚਾਦਰ ਦੇ, ਮੈਂ ਬਾਨੀ ਸ਼ਰੀਅਤ ਦੀ ਧੀ ਹਾਂ, ਮੈਂ ਜਾਣਦੀ ਹਾਂ ਔਰਤ ਜਦੋਂ ਵੀ ਨਮਾਜ਼ ਪੜ੍ਹੇ ਆਪਣੇ ਜਿਸਮ ਨੂੰ ਢਾਂਪ ਕੇ ਪੜ੍ਹੇ, ਅੱਲਾ ਮੇਰੀ ਚਾਦਰ ਲੁੱਟੀ ਗਈ। ਸਦਕੇ ਸਦਕੇ, ਬਸ ਇੰਤਜ਼ਾਰ ਖਤਮ ਜੀ। ਬਿਸਮਿਲ੍ਲਾ, ਜਿਤਨੇ ਮਾਤਮੀ ਆਜ਼ਾਦਾ ਰੋਂਦੇ ਪਏ ਹੋ, ਜਿਹੜੇ ਬੰਦੇ ਸਖਤ ਪੜ੍ਹਦੇ ਨੇ, ਮੈਂ ਕੋਸ਼ਿਸ਼ ਕੀਤੀ ਜੁਮਲੇ ਜ਼ਰੂਰ ਮਿੰਬਰ ਤੇ ਪੜ੍ਹਾਂ ਕਿ ਮੋਮਨਾਂ ਦੇ ਜ਼ਿਹਨ ਚ ਅਦਬ ਦੀ ਲੈਨ ਆ ਬਣੇ। ਚਾਚਾ ਸਿੰਘ, ਕਿਸੇ ਪਰਦਾਦਾਰ ਬੀਬੀ ਨੂੰ ਕਿਸੇ ਸਿਪਾਹੀ ਕੜੀਆਂ ਨਹੀਂ ਪਾਈਆਂ ਜੀ। ਅਲੀ ਬਾਦਸ਼ਾਹ ਦੀ ਧੀ ਯਾਰਾਂ ਦੀ ਰਾਤ ਤੇ ਹੱਦ ਕਾਇਮ ਕਰ ਦਿੱਤੀ। ਜਿਹੜਾ ਉੱਠਦੇ ਉਹਦੇ ਨੱਚਦੇ ਖੜੇ ਤੇ ਨੱਚਦੇ ਖੜੇ ਬਾ ਨੱਚਦੇ ਖੜੇ, ਬੀਬੀ ਤੋਂ ਉਹਨਾਂ ਦਾ ਜ਼ਿਹਨ ਮਫਲੂਜ ਕਰ ਦਿੱਤਾ ਹੈ। ਅਲੀ ਬਾਦਸ਼ਾਹ ਦੀ ਧੀ ਜਿਹੜੇ ਯਾਰਾਂ ਦੀ ਰਾਤ ਕੋਇਨੇ ਤੋਂ ਉਹਨਾਂ ਨਹੀਂ ਦਿੱਠੇ ਮੌਜੇ, ਉਹ ਤਾਂ ਭਾਵੇਂ ਨੱਚਣ ਖੜੇ, ਜਿਹੜੇ ਨਾਲ ਵਧੇ ਹਨ ਉਹਨਾਂ ਦੇ ਹੋਸ਼ ਉੱਡ ਗਏ। ਯਾਰਾਂ ਦੀ ਰਾਤ ਜਿਹੜਾ ਬੇਗੈਰਤ ਸ਼ਬੀਰ ਕੋਈ ਸ਼ਹੀਦ ਕਰਕੇ ਤੇ ਦਾਖਲ ਤਾਂ ਨਾ ਖੈਮਾ, ਬੇਗੈਰਤਾਂ ਨੂੰ ਬੀਬੀ ਭਜਦਾ ਡਿੱਠੇ, ਪਰਦਾਦਾਰਾਂ ਦੇ ਚਿਹਰੇ ਤੋਂ ਦੇਖ ਕੇ ਪਰੇਸ਼ਾਨ ਨਹੀਂ ਹੋਣਾ, ਤੁਹਾਡੀ ਇੱਜ਼ਤ ਦੀ ਮੈਂ ਜਾਣਨਾ। ਕਰਬਲਾ ਦੀ ਸ਼ੇਰ ਦਿਲ ਖਾਤੋਂ ਨੀਵੇਂ ਤਾਂ ਨਹੀਂ ਆਦੇ ਸਾਂ, ਜਿਹੜੇ ਹੈ ਕਰਕੇ ਰੋਂਦੇ ਪਏ ਹੋ ਮੇਰੇ ਵਾਸਤੇ ਲੱਖੇ ਨੇ, ਜਿਹੜੇ ਨਹੀਂ ਰੋਂਦੇ ਪਏ ਕੋਸ਼ਿਸ਼ ਕਰ ਝੋਲੀ ਵਧਾ। ਇਹ ਦਾਖਲ ਹੋਏ ਅਦਬ ਦੀ ਹੱਦ ਤੇਰੇ ਜ਼ਿਹਨ ਚ ਰੱਖਦਾ ਪਿਆ, ਕੋਈ ਨੇਜ਼ੇ ਪੜੇ ਤਾਜ਼ਿਆਨੇ ਪੜੇ ਜੋ ਪੜੇ ਮਨ, ਕੋਈ ਪੱਥਰ ਪੜੇ ਮਨ, ਜਿਤਨਾ ਮਾਰਿਆ ਨੇ ਮਨ, ਜਿਤਨਾ ਲੁੱਟਾ ਨੇ ਮਨ, ਰਿਵਾਇਤਾਂ ਚ ਮਿਲਦਾ ਹੈ। ਲੇਕਿਨ ਇੱਕ ਗੱਲ ਜ਼ਿਹਨ ਚ ਰੱਖੇ ਵਿੱਚ ਹੱਦ ਕਿਆ ਹੈ, ਜੇ ਦਾਖਲ ਥੈਨ ਜਿਸ ਮਲਾਉਣ ਨੇ ਇੰਜ ਹੱਥ ਕੀਤਾ ਉਸ ਦਾ ਬਾਜ਼ੂ ਮਫਲੂਜ ਹੋ ਗਏ, ਇਹ ਹੱਥ ਇੰਜ ਨਹੀਂ ਹੋਇਆ, ਇੱਥੇ ਰੁਕ ਗਏ, ਸੁਣ ਹੋ ਗਏ। ਜੇ ਅੱਖ ਚਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਅੰਧਾ ਹੋ ਗਏ। ਇੱਥੇ ਬੀਬੀ ਬੋਲੀਏ, ਬੀਬੀ ਅਜੇ ਲੁੱਟੋ ਅਸਾਂ ਲੁੱਟੀ ਜਾਣਾ ਹੈ, ਮਾਰੋ ਸਾਡੇ ਛੁਡਾਉਣ ਵਾਲਾ ਕੋਈ ਨਹੀਂ। ਬੀਬੀ ਅਜੇ ਲੁੱਟ ਵੀ ਸਕਦੇ ਹੋ ਜਿਤਨਾ ਲੁੱਟੋ, ਮਾਰ ਵੀ ਸਕਦੇ ਹੋ ਜਿਤਨਾ ਮਾਰੋ, ਇਹ ਕਿਸੇ ਬਗੈਰਤ ਦੀ ਜੁਰਤ ਨਹੀਂ, ਮੇਰੇ ਕਾਫਲੇ ਦੀ ਕਿਸੇ ਪਰਦਾਦਾਰ ਨੂੰ ਹੱਥ ਲਾਓ, ਇਹ ਤੁਹਾਡੀ ਹੱਦ ਹੀ ਨਹੀਂ, ਕੋਈ ਤਕੱਦਸ ਦੀ ਹੱਦ ਤੇਰੇ ਜ਼ਿਹਨ ਚਾਹੀਦੇ। ਬੀਬੀ ਆਦੀ, ਬਤੂਲ ਦੀਆਂ ਧੀਆਂ ਤਾਂ ਦੂਰ ਦੀ ਗੱਲ ਹੈ, ਮੇਰੇ ਕਿਸੇ ਮਹਿਮਾਨ ਦੀ ਪਰਦਾਦਾਰ ਨੂੰ ਹੱਥ ਲਾ ਵਿਖਾਓ। ਬੀਬੀ ਆਦੀ, ਅਗਰ ਮੇਰੇ ਇਤਨੇ ਅਖਤਿਆਰਾਤ ਨਾ ਹੋਵੇ ਨਾ ਤਾਂ ਇਮਾਮ ਪੁੱਤਰ ਦੀ ਪਾਰਤ ਮੈਂ ਕੋ ਨਾ ਦੇਵੇ ਹਾਂ। ਇਮਾਮ ਜ਼ਮਾਨੇ ਦੀ ਮੁਹਾਫਜ਼ਤ ਕਰਿੰਦਾ ਹੈ, ਇਹ ਉਹ ਬੀਬੀ ਹੈ ਜਿਹੜੀ ਹੈਲੋ ਮਾਫਜ਼ ਦਾ ਇਮਾਮਤ ਔਰ ਤੁਰਦੇ ਵੇਲੇ ਸ਼ਬੀਰ ਅਲੈਹਿ ਸਲਾਮ ਬਹਿਣ ਦਾ ਹੱਥ ਪਕੜ ਕੇ ਆਦੇ, ਮੇਰੇ ਪੁੱਤਰ ਦਾ ਖਿਆਲ ਰੱਖੇ। ਯਾਰ ਹਰ ਕੋਈ ਅੱਖ ਬਣਦਾ ਆਖੇ ਨਾ, ਸਜਾਦ ਫੋਬੀਆਂ ਦਾ ਖਿਆਲ ਰੱਖੇ, ਜਿਹੜੇ ਬੰਦੇ ਹੈ ਕਰਕੇ ਰੋਂਦੇ ਪਏ, ਸਿਪਾਹੀਆਂ ਕੜੀਆਂ ਨਹੀਂ ਪਵਾਈਆਂ। ਔਰ ਯਾਰਾਂ ਦੀ ਰਾਤ ਇਹ ਗੱਲ ਉਮਰ ਇਬਨ ਸਾਦ ਮੇਰੇ ਮੌਲਾ ਸਜਾਦ ਕੋਲ ਪੁੱਛੀ, ਤੇਰੀ ਫੁੱਫੀ ਦੇ ਇਤਨੇ ਅਖਤਿਆਰਾਤ, ਇਹ ਇਤਨਾ ਕੁਝ ਕਰ ਸਕਦੀ, ਇਹ ਦਸ ਦੇ ਦਿਨ ਕਿਉਂ ਚੁੱਪ ਆਈ? ਮੇਰਾ ਮੌਲਾ ਫਰਮਾਉਂਦੇ ਨੇ, ਆਪਣੇ ਵੀਰ ਦੇ ਅਮਰ ਚ ਪਾ ਬੰਦ ਆਈ। ਹੁਣ ਸਾਵਾਂ ਕੜੀਆਂ ਕਿਵੇਂ ਪਈਆਂ? ਕੜੀਆਂ ਦੀ ਗੱਠੜੀ ਲੈ ਮੈਂ ਮੌਲਾ ਸਜਾਦ ਇਹ ਮਾਂ ਦੇ ਸਾਹਮਣੇ ਰੱਖ ਕੇ ਅਮੇ ਅਜਰੇ ਰਿਸਾਲਤ ਹੈ। ਜਿਹੜਾ ਨਹੀਂ ਕਰ ਸਕਦਾ ਹੈ ਜ਼ੋਰ ਨਹੀਂ, ਜਿਹੜੇ ਹੈ ਕਰਦੇ ਪਏ ਹੋ, ਜੇ ਕੋ ਨਹੀਂ ਸਮਝ ਮੈਂ ਲਫ਼ ਬਦਲ ਕੇ ਪਿਆ ਤਾਂ ਰੋ ਕਿਆ ਦੇ ਅੰਮਾ, ਜਿਹੜਾ ਦੀਨ ਸਿਖਾਇਆ ਸੀ ਉਹਦੀ ਕੀਮਤ ਮਿਲੀ। ਪਰਦਾਦਾਰਾਂ ਨੇ ਤਕਸੀਮ ਕਰ ਦੀ ਵੀ ਗੱਠ ਖੋਲੀ, ਇੱਕ ਕੜੀ ਚਾਹੀ ਜਾਮ ਕਿਆ ਨੇ ਮੇਰਾ ਜੁਮਲਾ ਸਮਝਾਏ ਭਾਈ ਜਾਨ, ਇੰਝ ਕੜੀ ਚਾਹ ਕੇ ਬੀਬੀ ਰਿਠਾਏ ਬਸ ਇੱਕ ਇੱਕ ਪਰਦਾਦਾਰ ਦੇ ਵਿੱਚ ਬੀਬੀ ਇਹ ਦੇਖ ਦੇਖ ਕੇ ਨਾ ਰੋ ਰੋ ਕੇ ਬੈਠੀ, ਆਦੀ ਪਹਿਲੇ ਕੇ ਕੁ ਪਵਾਵਾਂ, ਤੂੰ ਹੈ ਕਰੇ ਨਾ ਕਰੇ ਤੇਰੇ ਮੂਡ ਦੀ ਗੱਲ ਹੈ। ਮੈਂ ਉਹ ਜੁਮਲਾ ਪਿਆ ਤਾਂ ਜਿਹਦੇ ਤੇ ਕਰਬਲਾ ਦੀ ਜ਼ਮੀਨ ਹੱਲੀਏ, ਕਿਹੜਾ ਮੋਮਿਨ ਹੈ ਜਿਹਦਾ ਦਿਲ ਨਾ ਹੱਲਸੀ? ਸਭ ਤੋਂ ਪਹਿਲੇ ਮੈਂ ਕੋ ਮਿੰਬਰ ਦੀ ਕਸਮ ਹੈ, ਸਭ ਤੋਂ ਪਹਿਲੇ ਅਲੀ ਅਸਗਰ ਦੀ ਅੰਮਾ ਹੱਥ ਵਜਾ ਤੇ ਸੋਹਣੀ ਹੈ ਕੀਤੀ ਹੈ ਜੀ ਬਿਸਮਿਲ੍ਲਾ, ਅਲੀ ਅਸਗਰ ਦੀ ਅੰਮਾ ਹੱਥ ਵਜਾ ਮੈਂ ਕੁਕੜੀ ਅੰਬਾ ਵੀ ਵਧੀਆ ਹੈ ਦਰ ਕਰਾ ਦੀ ਨੋ ਕੁਕੜੀਆਂ ਮੈਂ ਪਾਵਾਂ।
जेडे चुप बैठे मैं कोई दसाओ अपने हथा धी दे हथ बनने सौखे जेडे वहन करके रोंद पाए हर बीबी को कड़िया पातिया मेरी यादिया सहन आखिर ते दो बीबी चाचा से बच गया एक हबाई दी शाहजादी एक मेरी सहन ज़ैनब आलिया हबाई दी शाहजादी को शिया होवे ते न जानदा होवे मैं नहीं मनेदा यो बीबी है जे हर जगह ते जिंदगी मंगी ते दुखा वास्ते जदा मोहम्मद मुस्तफा आके फिजा तो मेरे कलमा का मैं दुनिया तो टुरदा पिया आखस दुआ मांगो मेरी जिंदगी फिजा क्यों रोकया दे जिवें बतूल नाल दुख वंडा है इने अली दी दी नाल ही दुख वंडावा जे बिस्मिल्लाह मैं नौकर से तुम्हें दुख वंडावा नहीं वंडे दूजी दफा जिंदगी मंगी है यजीद दी कचहरी इन चादर पकड़ी खड़ी यजीद आखे को हटा छोड़ो हाथ दे उते ताजियाना लगे हाथ चो खून निकले मत हिली नहीं जेड़ा है नहीं कर सकता उनकी किस्मत सारा दिन मस्जिद इच बैठ के दो रकात नमाज न पढ़ सके तेरे मुकद्दर है इंज खड़ी आई इंज थोड़ी जी गर्दन पे चढ़ गया हाथ चो खून है रोके दी बीबी मैं मंग दिया बीबी रो क्या दी अम्मा एक ही मदीना है आदि ना होवे मदीना है ता ली दी थी तू अता कर सकती आवाज आदि अम्मा मंग भेरा हुआ मई कुल क्या मंग दे आदि बीबी इतनी दुआ कर जितने तक मैं कुत्ता जियाने लग दे पैन ना ताकत मुके ना चादर छुटे जी सदके मैं सदके जी बिस्मिल्लाह जी बिस्मिल्लाह सोनी तैयारी कर रहे हो मैं इंतजार मुकामा न ताकत मुके न चादर आखिरी टाइम आज के दिन 95 हिजरी 25 मुहर्रम को जब बाकर उलूम पहुंचे क्या किस बाबा नहीं आया रो क्या दिन मेरे बाबे को जहर मिल गई पैर तह तरा कह दी एक बारी मत जिंदगी बनाओ मैं तेरे बाबे नो रो लवा जाम क्या मैं कुछ जवाब दो सारे जेड़े रोंदे पे हो उए बंदे मैं कुछ जवाब दो हर जाते जिंदगी मंगी है कदी मौत भी मंगी है जेड़े हाय करके रोंदे पे हो हिक जगह जी तो मौत मंगी है मैं को मौला दी कसम है उस वेले मौत मंगी है जदा सैन ज़ैनब आके अम्मा मैनु कड़िया पा आदि है मैं मदीने मर गई हूं वहां मैं मोहम्मद मुस्तफा को क्यों आखई मेरी जिंदगी न मैं जींदी हो वहां न बीबी को कड़िया पावा जी नहीं कई बंदे सोचेंगे बैठे हो जा जी बिस्मिल्लाह मैं नौकर इंतजार खत्म जी जी मैं नौकर बाबा जितने आजाद दार होंदे पे हो आखिरी बीबी कड़ी पा खड़ी सैन फिजा कड़ियां पई सैन ज़ैनब बया दिया को मेरे ख्याल में लंबा हो गया मैं मुका दूंगा और सैन ज़ैनब आलिया को कड़ियां पई सैन फिजा को कड़ियां पई मौला सजाद को तौक बेड़ियां कड़ियां बगैर तपवाया तरतीब देनी चाहिए कोई अदब की लाइन देनी चाहिए एक कड़ियां पा खड़ियां ते बीबियां दी सफ बन गई सफ का तर्जमा ही यो होंदा है जिवें हिक करे नाल दूजा कुए करना पौंदा है इस सफ का तर्जमा बोलो इन खड़े सारे खड़े रकूई चिन्ह तो सारे हैं सजदे हिन तो सारे हैं बोलो ऊं को सफा दे ना इवें है कोई यो जितना प्यार है बीबियां दा हिक बावे ते सारियां बह वेंदियां ने मैं तेरी हांज दा दाम है ना वो ते खुद मंगनी है झोली वधा ते खैरात मांग मेरा मौला फरमाते हैं इतने तकासो नहीं आ सकता जब तक सारी मोहर न लगे और मोहर इवें नहीं लगती तू मोहर लवावनी पौंदी तो झोली वधा ते खैरात मिल वैसी खैरात वाले सफ बन गई सफ होंदी नमाजियां दी जेडे सख्त लफ्जा ते रोंदे माजरत जेडे अदब ते रोंदे जुमला गिनो नमाज पढ़दे तकबीर वास्ते हाथ बुलंद या तो इंज नहीं होंगे या तो इंज होंगे बोलो या सीधे काबे वाले पास होंगे अल्लाह अकबर इतू ए तक कितनी देर लगती पता नहीं कौन समझ सी एक सेकेंड दो सेकेंड यू कुछ लग सकता नहीं मैं कोई मिंबर है हुसैन की कसम बीबी नमाज शुरू की थी ना तो आखने अल्लाह अकबर ये हाथ पूरा साल वापस नहीं आया जरा नहीं कर सकता माता नसीब को आखे सदके ये हाथ इतने रुक जाए
जी भी सुना मैं नौकर मैं मिंबर दी कसम कड़ियां पातियां बीबिया इहो जेडी मजलूमा भेण कोई है तो मैं दस बीबिया दी सजा दी जालिम पाख मैं भेरा को रोक ना अगो जालिम कितना कमी ना दे सारे को टाइम ही कोई नहीं बीबिया दी सजा वल्ला इको मैं सावा जो मैं कौन हूं मासूमा जी अम्मा मैं जन थोड़ी जी बरीक करके ज्यादा करो मासूमा जी अम्मा वाल खोल अम्मा वाल ते हथ नाल खुली दे मेरे हाथ बीबिया दे सारे हिला बीबी ने सारे हिलाए नाल करबला दी जमीन हली शिमर ताजिया ना चाह के मौला सज्जा दो दौड़े बीबिया दे बगैर जमाने दा और वाता तो जरबा मरे नरे मैं डरते दे दी नहीं आ मेरे बचड़े दे नेड़े ना आवे कयामत आवे सजाद कयामत नहीं आ गई मैं नहीं मामा दे कयामत सवरा हो सकी याद क्यों पे बने दे हो मैं नहीं मामा दे रोवर जो नौ दे दे याद सजादी की कवेर दी जादा दे जनाई कवेर दे ना मैं बीबी रजरुनी है बीबी आदिये वाला आई ओई बहुए बीबी आदिये वजदे दिया देख सुता की मन ने दिया देख नमाज किवे पड़ी है बंदे हाय करके रोंदे पे हो बीबी चवी किमां तो चढ़ी है ते लथी है मेरा नजर नहीं आया रोक क्या दिया सजाद मैं कुवीर नजर नहीं पियांदा मैं ही नतीरा पत्थरों दे तले तेरा फेराए बीबी अकल मार क्या दिया तीरों पत्थरों हाथ वंजो मैं फेराओ को मिलना चाहती है तीरा चला गई ओए ले आखई जद लुटी गई है ओए ले आके आ जद 9 लाख पिया मरेंदा आई आजा बैठ जाई मुसलमान ओ मेरी अधिया रल गई है आजा बैठ जाई मेरे छोड़ा बड़ा ना कोई जेडे रोंदे बैठे मेरी दाकरी है जेडे चुप बैठे दसो मेरी गलती नहीं जेड़े रोंदे पैरी जांदे दिल दा दर्द है जेड़े चुप बैठियो झोली वधाओ ते सैण कोल खैरात मंगो मैं को मिंबर दी कसम है मेरा ओ दिल आज बरामद होई है बीबी आदी शब्बीर भेड़ मिलन आई है कोई जवाब नहीं आया दूजी दफा दी जाग भेड़ नाल बोलेंदा क्यों नहीं कोई जवाब नहीं आया तीजी दफा दी हुसैन मैं कोई साल रावणे बीबी आदि मैं शाम पई वेनिया बहन दे नाल बोल इमामा दे मेरे दिल च दर्द है इत्थां प्यार ज्यादा होवे उत्थां तकलीफ ज्यादा होंदी है मैं कल दा शहीद होया आवाज आंदी है बहन मैं तेरा राह दे दरिया जेड़े बंदे बहन करके रोंदे पए हो मैं को मिंबर दी कसम है जद राह दे खंडन आवे बीबी जान पई है आवाज आंदी है वी तेरी कैदन बेड़ा जीवा बा मैनो करावा जदे नराल न होवे तू जाते मेरी लाश ते नहीं आई तेरी शहादत दी कसम अज खून तहार तेरी गर्दन दा मेरा वीरन बंद नहीं थिया ओ एक दस्ता घेने ओ बेगैर तदाओ आश मेरे खयाम च गिया ओ बहु देर तई तेरी बेड़ दा घर बलोन लुटे दारिया जड़ा लाहन लगे जड़ा नहीं कर सकता है तले सिर करके रोवे विपत्ति के समय जड़ा के शबीर मैं को लूट जी जी बाबा मैं नो करा मैं लखवारी अखा मैं दिले दवी जड़े फिरावा दिए भेड़ में दिए उन मेरी सेन जाए रोक्या दिए शबीर एक वेर दी इजाजत मिली है बीबिया दे दसा मैं कह कुरोवा अकबर कुरोवा कासिम कुरोवा
ਅੱਬਾਸ ਦੇ ਬਾਜ਼ੂ ਕਰੋਆ ਬੀਬੀਆਂ ਦੀ ਲੁੰਡੀ ਚਾਦਰ ਕਰੋਆ ਯਾ ਤੇਰੀਆਂ ਜ਼ਰਬਾਂ ਕਰੋਆ ਇਮਾਮਾਂ ਦੇ ਜੇ ਕੁਦੀ ਲਾਖੀ ਰੋ ਜੇ ਕੁਦੀ ਲਾਖੀ ਰੋ ਬੀਬੀਆਂ ਦੀ ਕਹੇ ਕੁੜੀ ਰੋਣਾ ਮੈਂ ਰੋਣਾ ਤੇ ਕੋਏ ਬੀਬੀਆਂ ਦੀ ਨਜ਼ਾ ਤੇਰਾ ਕਿਹੜਾ ਨਾਂ ਲੈ ਕੇ ਮੈਂ ਵੇਣ ਕਰਾ ਇਮਾਮਾਂ ਦੇ ਫਿਰਾ ਜਿਹੜੇ ਗਰੀਬ ਬੇੜੀ ਨਵਾਬ ਸੜ ਕੇ ਰੋਂਦੀ ਹੈ ਕਹਿਰਾ ਤਾਲੇ ਉੱਠੀਏ ਬੀਬੀ ਹੱਥ ਵਧਾ ਕੇ ਦੀਏ ਮੈਡੋ ਦੇ ਨਵਾਬਾਂ ਦੀਆਂ ਭੈਣਾਂ ਹੀ ਚਾਹੁੰਦੀ ਬੀਬੀਆਂ ਦੀਏ ਕਰੀਆਂ ਪਈ ਖੜੀਏ ਓ ਸ਼ਾਮ ਜੀ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀ ਅੱਖਾਂ ਮੁਕੈਂਦਾ ਪਿਆ ਹੁਣ ਜਿਹੜੇ ਬੰਦੇ ਰੋਂਦੇ ਪਏ ਹੋ ਹੁਣ ਜਿਹੜਾ ਬੰਦਾ ਚੇਤਾ ਕਰੀਰ ਹੁੰਦਾ ਜੇ ਕੋਈ ਸਰਾਇਕੀ ਦੀ ਸਮਝ ਨਹੀਂ ਆਉਂਦੀ ਮੈਂ ਇਸ਼ਾਰਾ ਪਿਆ ਕਰੇਣਾ ਕਿਹੜਾ ਬੰਦਾ ਹੈ ਜਿਹੜਾ ਇਸ਼ਾਰਾ ਨਾ ਸਮਝੇ ਇਸ਼ਾਰਾ ਇੱਕ ਐਸੀ ਜ਼ਬਾਨ ਹੈ ਜੇ ਕੋ ਹਰ ਮੁਲਕ ਸਮਝਦਾ ਹੈ ਹਰ ਬੋਲੀ ਵਾਲਾ ਸਮਝਦਾ ਹੈ ਮੌਲਾ ਦੇ ਜੀ ਜੀ ਬਾਬਾ ਮੈਂ ਨੌਕਰਾਂ ਆਵਾਜ਼ਾਂ ਦੀਆਂ ਕਹਾਇਓ ਮੇਰਾ ਨਵਾਬ ਹੋਈ ਰੋਣ ਬੀਬੀਆਂ ਦੀ ਮੈਨੋ ਨੇਕ ਨਵਾਬਾਂ ਦੀ ਬੇੜਾ ਹੀ ਜੋ ਬੀਬੀਆਂ ਦੀ ਕਿਹੜੀਆਂ ਬਈ ਕਿਹੜੀਆਂ ਮੈਂ ਸ਼ਾਮ ਜੀ ਜੀ ਬਾਬਾ ਮੈਂ ਨੌਕਰਾਂ ਇੱਥੇ ਹੀ ਮੁੱਕੇ ਨੱਬੀਆਂ ਲੈਣਾ ਤਲਿਓ ਬੈਠੀਆਂ ਤਾਂ ਪੀਣ ਬੈਠੀਆਂ ਪਿੰਨ ਲਾਸ਼ਾਂ ਦੇ ਕੋਲ ਬੈਠੀਆਂ ਪਿੰਨ ਕਿਹੜਾ ਬੰਦਾ ਜਿਹੜਾ ਹਾਏ ਨਾ ਕਰ ਸਕਦੀ ਬੈਠੀਆਂ ਪਿੰਨ ਜਿਹਦਾ ਪੱਥਰ ਦਾ ਦਿਲੇ ਮੈਂ ਹੁੰਦੀ ਤਾਂ ਮੈਂ ਨਾ ਦੇਖੇ ਮੇਰੇ ਪਾਸੇ ਬੈਠੀਆਂ ਪਿੰਨ ਉੱਠੀਆਂ ਆਪ ਨਹੀਂ ਹੁਣ ਮੈਂ ਇਸ਼ਾਰਾ ਪਿਆ ਕਹਿਣਾ ਬਗੈਰਤ ਕਰੀ ਬੈਣ ਹੱਕਲ ਮਾਰ ਕੇ ਦੇਣ ਉੱਠੋ ਉਹਲੇ ਉੱਠੀਏ ਜਿਹਦਾ ਲਿਬਾਸ ਦੇ ਰੰਗ ਬਦਲ ਗਏ ਰੋ ਰੋ ਕੇ ਆਦੀਏ ਵੀਰ ਅੱਲਾਹ ਬੇਰ ਸ਼ਾਮ ਜੀ ਜੀ ਬਾਬਾ ਮੈਂ ਨੌਕਰਾਂ ਚ ਇੱਕ ਬੰਦ ਪੜਨਾ ਚਾਹਨਾ ਜਵਾਨੀ ਨਸੀਬ ਹੋਈ ਇੱਕ ਬੰਦ ਪੜਨਾ ਚਾਹਨਾ ਚੱਜ ਅਸੀਂ ਮੈਂ ਕੁਝ ਦੱਸਾਓ ਜ਼ਿੰਦਗੀ ਦੀ ਆਖਰੀ ਮਜਬੂਰੀ ਦਾ ਨਾਮ ਮੌਤ ਹੈ ਬੋਲੋ ਜਦਾਂ ਕਿਸੇ ਦੀ ਮੌਤ ਹੋ ਵਣੇ ਬੰਦੇ ਜਿੱਥੋਂ ਵੀ ਹੋਵੇ ਨੇ ਕੰਮ ਛੋੜੇ ਨੇ ਕੀਮਤੀ ਕਾਰੋਬਾਰ ਡਿਊਟੀ ਖਤਮ ਜਲਦੀ ਆਵੇ ਨੇ ਬੋਲੋ ਜ਼ਿੰਦਗੀ ਦਾ ਜ਼ਿੰਦਗੀ ਦੀ ਆਖਰੀ ਮਜਬੂਰੀ ਦਾ ਨਾਮ ਮੌਤ ਹੈ ਜਦੋਂ ਕੋਈ ਆਉਂਦੇ ਮਈਅਤ ਵਾਲੇ ਪਾਸੇ ਆਉਂਦਾ ਹੈ ਮਈਅਤ ਛੋੜ ਕੇ ਕੋਈ ਨਹੀਂ ਵੇਂਦਾ ਹੁਣ ਜਿਹੜਾ ਜਵਾਨ ਬੈਠੇ ਹੋ ਜਦੋਂ ਮਲਾਉਂਦਾ ਆਖੇ ਜੋ ਉੱਠੋ ਮੇਰਾ ਮੌਲਾ ਸਜਾਦ ਅੱਠ ਕਦਮਾਂ ਤੇ ਗਿਆ ਹੈ ਇੱਕ ਇੱਕ ਲਾਸ਼ ਤੋਂ ਬਿਠੇ ਰੋ ਰੋ ਕੇ ਖੜਿਆ ਦਿਨ ਮੈਂ ਤੇ ਕੋਈ ਮਖਦੂਲ ਉਹ ਨਾਰਾਜ਼ ਨਹੀਂ ਰਹੇ ਤੁਹਾਨੂੰ ਮੈਂ ਦਫਨਾ ਨਹੀਂ ਸਕਦਾ ਉਹ ਮੇਰੇ ਹੱਥ ਬਬਲੇਲ ਰਸੀਆ ਵਿੱਚ ਤੁਹਾਡੀ ਲਾਸ਼ਾਂ ਚਾ ਮੇਰੇ ਹੱਥ ਬਬਲੇਲ ਰਸੀਆ ਵਿੱਚ ਤੁਹਾਡੀਆਂ ਲਾਸ਼ਾਂ ਜਾ ਨਹੀਂ ਸਕਦਾ ਉਹ ਮੈਂ ਕੁਛਾ ਮੈਂ ਗਰੀਬ ਲੁੱਟ ਪੈ ਗਈ ਤੁਹਾਨੂੰ ਕਫਨ ਪਵਾ ਨਹੀਂ ਸਕਦਾ ਤੁਹਾਨੂੰ ਛੋੜ ਕੇ ਤੁਰਿਆ